ਇਸ ਅੱਖਰ ਦਾ ਨਾਮ ਹੇ ਹੈ। ਹੇ 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 ਦੀ ਆਵਾਜ਼ ਹਾ ਵਰਗੀ ਹੁੰਦੀ ਹੈ। ਹੇ ਦੀ ਆਵਾਜ਼ ਹਾ ਵਰਗੀ ਹੁੰਦੀ ਹੈ। ਜਦ ਹੇ ਕਿਸੇ ਸ਼ਬਦ ਦੇ ਸ਼ੁਰੂ ਵਿੱਚ ਆਉਂਦਾ ਹੈ, ਇਸ ਦੀ ਸ਼ਕਲ ਇਸ ਤਰ੍ਹਾਂ ਦੀ ਹੋ ਜਾਂਦੀ ਹੈ। ਹੇ ਹੇ ਹੁਣ ਤੁਸੀਂ ਇਹ ਪੜ੍ਹਨ ਦੀ ਕੋਸ਼ਿਸ਼ ਕਰੋ। ਹੇ ਜ਼ਬਰ ਹੈ, ਮੀਮ ਹਮ, ਹੇ ਅ ਮੀਮ ਹੈ। ਹੇ ਮੀਮ ਹਮ, ਹਮ ਹਮਨ ਅਸੀਂ, ਹਮ ਅਸੀਂ, ਹਮ ਅਸੀਂ। ਜਦ ਹੇ ਕਿਸੇ ਸ਼ਬਦ ਦੇ ਮੱਧ ਵਿੱਚ ਆਉਂਦਾ ਹੈ, ਉਸਦੀ ਸ਼ਕਲ ਇਹ ਹੋ ਜਾਂਦੀ ਹੈ। ਹੇ ਹੇ ਮੀਮ ਹੇ ਮਹਿ, ਮੀਮ ਅਲਿਫ ਮਾ ਨੂਨ ਮਾਨ, ਮਹਿਮਾਨ ਮਹਿਮਾਨ, ਮੀਮ ਹੇ ਮੀਮ ਅਲਿਫ ਨੂਨ ਮਹਿਮਾਨ, ਮਹਿਮਾਨ ਮਹਿਮਾਨ ਦਾ ਮਤਲਬ ਹੈ ਮਹਿਮਾਨ ਅਤਿਥੀ, ਮਹਿਮਾਨ ਮਹਿਮਾਨ ਅਤਿਥੀ। ਜਦ ਹੇ ਕਿਸੇ ਸ਼ਬਦ ਦੇ ਅਖੀਰ ਵਿੱਚ ਆਉਂਦਾ ਹੈ, ਉਸਦੀ ਸ਼ਕਲ ਇਸ ਤਰ੍ਹਾਂ ਦੀ ਬਣ ਜਾਂਦੀ ਹੈ। ਇਹ ਇਹ ਹੇ ਨੂਨ ਅਲਿਫ ਨਾ ਸ਼ੀਨ ਨਾਸ਼, ਤੇ ਹੇ ਤਾ ਨਾਸ਼ਤਾ, ਨੂਨ ਅਲਿਫ ਸ਼ੀਨ ਤੇ ਹੇ ਨਾਸ਼ਤਾ, ਨਾਸ਼ਤਾ ਹੇ ਨਾਸ਼ਤਾ, ਨਾਸ਼ਤਾ ਨਾਸ਼ਤਾ ਦਾ ਮਤਲਬ ਹੈ ਨਾਸ਼ਤਾ ਛਾਵੇਲਾ, ਨਾਸ਼ਤਾ ਜਾਂ ਛਾਵੇਲਾ, ਨਾਸ਼ਤਾ ਜਾਂ ਛਾਵੇਲਾ ਨਾਸ਼ਤਾ। ਅੱਖਰ ਦੁਚਸ਼ਮੀ ਹੈ, ਇਸ ਨੂੰ ਕਹਿੰਦੇ ਨੇ ਦੁਚਸ਼ਮੀ ਹੈ, ਦੁਚਸ਼ਮੀ ਹੈ। ਹੇ ਦੁਚਸ਼ਮੀ ਹੈ, ਇਹਨਾਂ ਦੋਵਾਂ ਦੀ ਆਵਾਜ਼ ਹਾ ਵਰਗੀ ਹੁੰਦੀ, ਪਰ ਇਸ ਹਰ ਦਾ ਇੱਕ ਹੋਰ ਵੀ ਇਸਤੇਮਾਲ ਹੈ। ਇੱਥੇ ਦੇਖੋ, ਤੁਸੀਂ ਜਾਣਦੇ ਹੋ ਅਬੇ, ਇਸ ਅੱਖਰ ਦਾ ਨਾਂ ਹੈ ਬੇ। ਬੇ ਦੇ ਬਾਅਦ ਜਦੋਂ ਦੁਚਸ਼ਮੀ ਹੈ ਆਉਂਦਾ ਹੈ, ਇੱਥੇ ਦੇਖੋ ਅਬੇ ਦੁਚਸ਼ਮੀ ਹੈ, ਇੱਥੇ ਇਸਦੀ ਆਵਾਜ਼ ਹੋ ਜਾਂਦੀ ਹੈ ਭਾ ਵਰਗੀ, ਭਾ ਬੇਦੁਚਸ਼ਮੀ ਹੈ, ਭਾ ਬੇਦੁਚਸ਼ਮੀ ਹੈ, ਭਾ। ਹੁਣ ਇਹ ਸ਼ਬਦ ਪੜ੍ਹਨ ਦੀ ਕੋਸ਼ਿਸ਼ ਕਰੋ। ਬੇਦੁਚਸ਼ਮੀ ਹੈ ਭਾ, ਅਲਿਫ ਭਾ ਰ ਤ ਭਾਰਤ, ਭਾਰਤ 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 ਭਾਰਤ। ਜਦੋਂ ਦੁਚਸ਼ਮੀ ਹੈ ਬੇ ਦੇ ਬਾਅਦ ਆਉਂਦਾ ਹੈ,
अपे पे द्विचश्मी है, पे द्विचश्मी है जैसों मिलता है, इसलिए आवाज़ हो जाती है फा फा फा। हुण तुसी ए शब्द पढ़ सकते हो, पे द्विचश्मी है फा ला फल फल फल। जो द्विचश्मी है ते दे बांध आता है, अते ते द्विचश्मी है, ते द्विचश्मी है दी आवाज होंगी है था था था। हम तुसी ए शब्द पढ़ सकते सीन लिफ्सा था सात 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 मैंने नाल सात सात। द्विचश्मी है जदों टे नाल आउंदा है, टे दे बाद आउंदा है, टे द्विचश्मी है, टे द्विचश्मी है दी आवाज़ होंदी है ठा ठा ठा। हुण तुसी ए शब्द पढ़ सकते हो अलिफ मद आ टे द्विचश्मी है ठे आठ, अलिफ मद आ ठा आठ 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 मन अठ आठ अठ। जदों द्विचश्मी है जीम दे बाद आउंदा है, जीम जीम है, जदों जीम दे बाद आउंदा है इसकी आवाज़ जीम द्विचश्मी है, इसकी आवाज़ हो जाती है झा झा झा। हुण तुसी ए शब्द पढ़ सकते हो जीम द्विचश्मी है अलिफ झा रे वाओ रू झाड़ू 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 झाड़ू। जदों द्विचश्मी है चे दे बाद आउंदा है, चे चे द्विचश्मी है छा, इसकी आवाज़ हो जाती होंगी छा छा, चे द्विचश्मी है छा। हुण तुसी ए शब्द पढ़ सकते हो चे द्विचश्मी छा त छत 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 मनी छत। जदों द्विचश्मी है दाल दे बाद आउंदा है, दाल दाल दे बाद जदों कोई भी अखर आउंदा है वो इस नाल जुड़िया नहीं जाता है, वो अलग करके लिखा जाता है, इस करके इतने द्विचश्मी है अलग लिखा हुआ है, दाल द्विचश्मी है, दाल द्विचश्मी है दी आवाज़ होंदी है धा धा। हुण तुसी ये पढ़ सकते हो अलिफ पेश ऊ दाल द्विचश्मी है ध अलिफ धा र धार उधार 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 उधार। द्विचश्मी है जदों डाल दे बाद आउंदा है, डाल डाल द्विचश्मी है इसकी आवाज़ होंदी है ढा 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 ढा। हुण तुसी ए शब्द पढ़न की कोशिश करो डाल द्विचश्मी है ढ ते वाओ ढो लाम ढोल 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 ढोल। द्विज अड़े जदों द्विचश्मी है रे दे बाद आउंदा है, रे द्विचश्मी है इसकी आवाज़ हो जाती होंदी है अढ़ा अढ़ा अढ़ा। हुण तुसी ए भी पढ़ सकते हो बे अलिफ बा
ਰੇ ਦੁ ਚਸ਼ਮੀੜ ਬਾੜ 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 ਦੁ ਚਸ਼ਮੀ ਹੇ ਜਦੋਂ ਕਾਫ ਦੇ ਬਾਅਦ ਆਉਂਦਾ ਹੈ ਕਾਫ ਜਦੋਂ ਕਾਫ ਦੇ ਬਾਅਦ ਆਉਂਦਾ ਹੈ ਕਾਫ ਦੁ ਚਸ਼ਮੀ ਹੇ ਇਸ ਦੀ ਆਵਾਜ਼ ਹੁੰਦੀ ਹੈ ਖਾ 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 ਹੁਣ ਇਹ ਪੜ੍ਹਨ ਦੀ ਕੋਸ਼ਿਸ਼ ਕਰੋ ਕਾਫ ਹੇ ਅਲਿਫ ਖਾ ਨੂਨ ਅਲਿਫ ਨਾ ਖਾਨਾ ਖਾਨਾ ਖਾਣਾ ਮੈਨੇ ਖਾਣਾ ਖਾਣਾ ਮੈਨੇ ਖਾਣਾ ਖਾਣਾ ਦੂ ਚਸ਼ਮੀ ਹੈ ਜਦੋਂ ਗਾਫ ਦੇ ਬਾਅਦ ਆਉਂਦਾ ਹੈ ਗਾਫ 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 ਦੂ ਚਸ਼ਮੀ ਹੈ ਘਾ ਘਾ ਗਾਫ ਦੂ ਚਸ਼ਮੀ ਹੈ ਘਾ ਹੁਣ ਤੁਸੀਂ ਇਹ ਸ਼ਬਦ ਪੜ੍ਹ ਸਕਦੇ ਹੋ ਗਾ ਫੇ ਅਲਿਫ ਘਾ ਸੀਨ ਘਾਸ 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 ਮਨੇ ਗਾ ਘਾ ਘਾਸ ਮਨੇ ਘਾ ਘਾਸ ਮਨੇ ਘਾ ਹੁਣ ਜਦੋਂ ਦੂ ਚਸ਼ਮੀ ਹੈ ਲਾਮ ਦੇ ਬਾਅਦ ਆਉਂਦਾ ਹੈ ਲਾਮ ਲਾਮ ਦੂ ਚਸ਼ਮੀ ਹੈ ਲਾਮ ਦੂ ਚਸ਼ਮੀ ਹੇ ਦੀ ਆਵਾਜ਼ ਹੁੰਦੀ ਹੈ ਲਾ 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 ਹੁਣ ਇਹ ਸ਼ਬਦ ਪੜ੍ਹਨ ਦੀ ਕੋਸ਼ਿਸ਼ ਕਰੋ ਚੇ ਵਾਪਿਸ ਚੂ ਲਾਮ ਦੂ ਚਸ਼ਮੀ ਹੇ ਅਲਿਫ ਲਾ ਚੂਲ੍ਹਾ 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 ਦੂ ਚਸ਼ਮੀ ਹੇ ਜਦੋਂ ਮੀਮ ਦੇ ਬਾਅਦ ਆਉਂਦਾ ਹੈ ਮੀਮ ਮੀਮ ਦੇ ਬਾਅਦ ਜਦੋਂ ਦੂ ਚਸ਼ਮੀ ਹੇ ਆਉਂਦਾ ਹੈ ਮੀਮ ਦੂ ਚਸ਼ਮੀ ਹੇ ਇਸ ਦੀ ਆਵਾਜ਼ ਹੋ ਜਾਂਦੀ ਹੈ ਮਾਂ 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 ਕਫ ਪਿਸ਼ਕੋ ਮੀਮ ਹੇ ਅਲਿਫ ਮਾਂ ਰ ਮਾਰ ਕੁਮਾਰ 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 ਮੈਨੂੰ ਕੁੰਭਕਾਰ ਕੁਮਾਰ ਮੈਨੂੰ ਕੁੰਭਕਾਰ ਭਾਂਡੇ ਬਣਾਉਣ ਵਾਲਾ ਕੁਮਾਰ 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 ਕੁੰਭਕਾਰ ਦੂ ਚਸ਼ਮੀ ਹੈ ਜਦੋਂ ਨੂਨ ਦੇ ਬਾਅਦ ਆਉਂਦਾ ਹੈ ਨੂਨ ਅਨੂਨ ਹੈ ਨੂਨ ਦੂ ਚਸ਼ਮੀ ਹੈ ਨੂਨ ਦੂ ਚਸ਼ਮੀ ਹੈ ਦੀ ਆਵਾਜ਼ ਹੁੰਦੀ ਹੈ ਨਾ 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 ਹੁਣ ਤੁਸੀਂ ਇਹ ਪੜ੍ਹ ਸਕਦੇ ਹੋ ਨੂਨ ਨੂਨ ਦੂ ਚਸ਼ਮੀ ਹੈ ਅਲਿਫ ਨਾ ਨਨ੍ਹਾ 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 ਨਿੱਕਾ ਨਨ੍ਹਾ